ਜੀ ਇਸ ਵੇਲੇ ਅਸੀਂ ਪਹੁੰਚ ਚੁੱਕੇ ਹਾਂ ਜੀ ਗੋਬਿੰਦ ਵੈਲੀ ਵਿਖੇ, ਜਿੱਥੇ ਅੱਜ ਸ਼੍ਰੀ ਰਾਮ ਚੰਦਰ ਜੀ ਦਾ ਜਿਹੜਾ ਨਾਮ ਹੈ ਪੂਰੀ ਦੁਨੀਆ ਦੇ ਵਿੱਚ ਕਿਆ ਪੂਰੇ ਹਿੰਦੁਸਤਾਨ ਦੇ ਵਿੱਚ ਝੂਮ ਰਿਹਾ, ਤੇ ਸਾਡੇ ਅੱਜ ਕਲੋਨੀ ਵਾਸੀਆਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ। ਬਾਈ ਜੀ ਅੱਜ ਕੀ ਅੱਜ ਥੋੜੀ ਰਾਮ ਚੰਦਰ ਜੀ ਦੇ ਇਸ ਉਪਲਬਸ ਤੇ ਕੀ ਕੀਤਾ ਜਾ ਰਿਹਾ ਜੀ? ਹਾਂਜੀ ਆਜੋ ਖੜੇ ਹੋ ਜਾਓ ਕੋਈ। ਜੈ ਸ਼੍ਰੀ ਰਾਮ ਜੀ। ਅੱਜ ਆਪਕੋ ਸਭ ਕੋ ਪਤਾ ਹੈ ਕਿ ਰਾਮ ਚੰਦਰ ਜੀ ਕਾ ਜੋ ਮੂਰਤੀ ਸਥਾਪਨਾ ਕੀ ਜਾ ਰਹੀ ਹੈ, ਮੰਦਿਰ ਬਣ ਕੇ ਤਿਆਰ ਹੋ ਗਿਆ ਹੈ, ਕਿਆ ਕਹੋਗੇ? ਬਹੁਤ ਅੱਛਾ ਲੱਗ ਰਿਹਾ, ਬਹੁਤ ਖੁਸ਼ੀਆਂ। ਕਿੰਨੇ ਚਿਰਾਂ ਤੋਂ ਅੜੀਕ ਸੀਗੀ ਇਸ ਟਾਈਮ ਦੀ, ਅਸੀਂ ਕਰਮਾਂ ਵਾਲੇ ਹੈ ਜਿਹੜਾ ਸਾਨੂੰ ਇਹ ਸਾਡੇ ਬੱਚਿਆਂ ਲਈ ਸਾਨੂੰ ਇਹ ਖੁਸ਼ੀ ਦਾ ਦਿਨ ਆਇਆ, ਬਹੁਤ ਖੁਸ਼ੀਆਂ ਬਹੁਤ ਖੁਸ਼ੀਆਂ। ਅੱਜ ਤੁਹਾਡੀ ਕਲੋਨੀ ਵਾਸੀਆਂ ਨੇ ਇਕੱਠੇ ਹੋ ਕੇ ਕੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਆਯੋਜਿਤ ਕੀਤਾ? ਸਾਡੀ ਕਲੋਨੀ ਵਾਸੀਆਂ ਨੇ ਥੋੜਾ ਜਿਹਾ ਉਪਰਾਲਾ ਛੋਟਾ ਮੋਟਾ ਕੀਤਾ ਹੈ, ਬਸ ਥੋੜਾ ਜਿਹਾ ਥੋੜੇ ਬੰਦੇ ਜੋੜਿਆ, ਤੇ ਅੱਜ ਦਾ ਦਿਨ ਅਸੀਂ ਇਸ ਦਿਨ ਨੂੰ ਉਡੀਕਦੇ ਸੀ, ਕਦੋਂ ਦੇ ਉਡੀਕਦੇ ਸੀਗੇ, ਤੇ ਅੱਜ ਇਹ ਦਿਨ ਆਇਆ ਤਾਂ ਅਸੀਂ ਸੋਚਿਆ ਥੋੜਾ ਜਿਹਾ ਰਲ ਮਿਲ ਕੇ ਬੰਦੇ ਥੋੜਾ ਜਿਹਾ ਕੀਰਤਨ, ਥੋੜਾ ਜਿਹਾ ਬੰਦੇ ਨੂੰ ਜੋੜ ਕੇ ਆਪਣੇ ਪ੍ਰੇਮ ਦਾ ਕੀਰਤਨ ਕਰ ਲਈਏ। ਹਾਂਜੀ ਚਲੋ ਜੈ ਸ਼੍ਰੀ ਰਾਮ ਦੇ ਅੱਜ ਸਾਰੇ ਪਾਸੇ। ਹਾਂਜੀ ਜੈ ਸ਼੍ਰੀ ਰਾਮ ਜੀ। ਜੈ ਸ਼੍ਰੀ ਰਾਮ ਜੀ। ਹਾਜ਼ਰੀ ਸਭ ਦੀ ਲੱਗ ਜਾਣੀ ਆ ਉੱਥੇ, ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਵੀ ਤੁਸੀਂ ਸ਼ਾਇਦ ਵੀ ਨਹੀਂ ਲੱਗੀ, ਤੇ ਜਿਹੜਾ ਇੱਛਾ ਹੋਵੇ ਵੀ ਹਾਂ ਅਸੀਂ ਮਾਈਕ ਤੇ ਜਾ ਕੇ ਜੈ ਸ਼੍ਰੀ ਰਾਮ ਹੀ ਕਹਿਣਾ ਚਾਹੇ। ਜੈ ਸ਼੍ਰੀ ਰਾਮ ਜੀ। ਜੈ ਸ਼੍ਰੀ ਰਾਮ। 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 ਆਪਣਾ ਨਾਮ ਵੀ ਬੋਲ ਦਿਆ ਕਰੋ ਕੋਈ ਨਹੀਂ। ਮੈਂ ਨਵਕਿਰਨ। ਜੈ ਸ਼੍ਰੀ ਰਾਮ। ਮੈਂ ਵਨੀਤਾ ਸ਼ਰਮਾ। ਜੈ ਸ਼੍ਰੀ ਰਾਮ। ਹਾਂਜੀ ਹਾਂਜੀ ਚਲੋ ਜੀ ਬਹੁਤ ਵਧੀਆ ਜੀ, ਵਧਾਈਆਂ ਸਾਡੇ ਨੂੰ ਸ਼੍ਰੀ ਰਾਮ ਚੰਦਰ ਜੀ ਦੀਆਂ, ਤੇ ਅੱਜ ਬਾਹਰ ਜਿਹੜੇ ਲੰਗਰ ਲਗਾਇਆ ਹੋਇਆ ਜੀ ਆ ਦਿਖਾਓ, ਮੂਰਤੀ ਦੇ ਅੱਗੇ ਜਿਹੜੀ ਹੈ ਬਿਲਕੁਲ ਮੂਰਤੀ ਰੱਖ ਕੇ ਜਿਹੜਾ ਇਸਦੀ ਪ੍ਰਿਸ਼ਠਾ ਜਿਹੜੀ ਮੰਦਿਰ ਦੀ ਜਿਹੜੀ ਪ੍ਰਿਸ਼ਠਾ ਜਿਹੜੀ ਉੱਥੇ ਹੋ ਰਹੀ ਹੈ, ਉਹਦੇ ਨਾਲ ਨਾਲ ਸਾਰੇ ਹਿੰਦੁਸਤਾਨ ਵਾਸੀ ਵੀ ਆਪਣੇ ਸ਼੍ਰੀ ਰਾਮ ਚੰਦਰ ਜੀ ਦਾ ਗੁਣਗਾਨ ਜਿਹੜਾ ਕੀਤਾ ਜਾ ਰਿਹਾ, ਤੇ ਲੰਗਰ ਚਾਹ ਬਿਸਕੁਟਾਂ ਦਾ ਜਿਹੜਾ ਲੰਗਰ ਇਸ ਕਮੇਟੀ ਵੱਲੋਂ ਆਇਆ। ਆਜੋ ਮਹਾਰਾਜ ਆਜੋ, ਤੁਸੀਂ ਆਜੋ ਕੇ ਆਜੋ, ਤੇ ਤੁਸੀਂ ਆਪਣੀ ਸੋਸਾਇਟੀ ਵੱਲੋਂ ਜੋ ਵੀ ਕੋਈ ਕਹਿਣਾ ਚਾਹੁੰਦੇ। ਇਹ ਬਹੁਤ ਵਧੀਆ ਉਪਰਾਲਾ ਕੀਤਾ ਤੇ ਅੱਜ ਸ਼੍ਰੀ ਰਾਮ ਜੀ ਦੀ ਮੂਰਤੀ ਸਥਾਪਨਾ ਹੋ ਰਹੀ ਹੈ, ਤੇ ਸਾਡੇ ਕਲੋਨੀ ਨਿਵਾਸੀਆਂ ਨੇ ਵੀ ਇਹਦੇ ਜੋ ਬਣਦਾ ਸਾਡਾ ਯੋਗਦਾਨ ਪਾਇਆ, ਤੇ ਸਾਡੀ ਜਨਰੇਸ਼ਨ ਨੂੰ ਬਹੁਤ ਇਹ ਮਾਣ ਪ੍ਰਾਪਤ ਹੈ ਤੇ ਇੰਨੇ ਸੈਂਕੜੇ ਸਾਲਾਂ ਬਾਅਦ ਰਾਮ ਜਨਮ ਭੂਮੀ ਤੇ ਜੋ ਮੰਦਿਰ ਦੀ ਸਥਾਪਨਾ ਕੀਤੀ ਗਈ। ਜੈ ਸ਼੍ਰੀ ਰਾਮ। ਹਾਂਜੀ ਜੈ ਸ਼੍ਰੀ ਰਾਮ ਜੀ। ਅੱਜ ਅਸੀਂ ਬਹੁਤ ਖੁਸ਼ ਹਾਂ, ਇਹ ਜਿਹੜਾ 500 ਸਾਲਾਂ ਦੇ ਬਾਅਦ ਸਾਨੂੰ ਨਿਆਏ ਮਿਲਿਆ, ਰਾਮ ਜਨਮ ਭੂਮੀ ਦੇ ਵਿੱਚ ਸਾਡੇ ਰਾਮਲਲਾ ਵਿਰਾਜਮਾਨ ਹੋ ਰਹੇ ਨੇ। ਅਸੀਂ ਇਸ ਸਮੇਂ ਤੇ ਥੋੜਾ ਜਿਹਾ ਛੋਟਾ ਜਿਹਾ ਉਪਰਾਲਾ ਕੀਤਾ ਆਪਣੀ ਕਲੋਨੀ ਦੇ ਵਿੱਚ, ਇੱਕ ਕਥਾ ਕੀਰਤਨ ਕਰਵਾ ਕੇ ਤੇ ਥੋੜਾ ਜਿਹਾ ਚਾਹ ਪਕੌੜਿਆਂ ਦਾ ਲੰਗਰ ਔਰ ਲੱਡੂਆਂ ਦਾ ਪ੍ਰਸ਼ਾਦ ਵੰਡਿਆ। ਇਹਦੇ ਵਿੱਚ ਸਾਡੇ ਕਲੋਨੀ ਵਾਸੀਆਂ ਦਾ ਬਹੁਤ ਸਹਿਯੋਗ ਆ, ਅਸੀਂ ਉਹਨਾਂ ਦੇ ਧੰਨਵਾਦੀ ਆ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਹਾਂਜੀ ਜੈ ਸ਼੍ਰੀ ਰਾਮ ਜੀ, ਬਹੁਤ ਹੀ ਖੁਸ਼ੀ ਹੋਈ ਹੈ। ਹਾਂਜੀ ਜਨਾਬ ਜੈ ਸ਼੍ਰੀ ਰਾਮ ਜੀ। ਜੈ ਸ਼੍ਰੀ ਰਾਮ। ਅੱਜ ਅਯੋਧਿਆ ਦੇ ਵਿੱਚ ਰੰਗ ਭਾਗ ਲੱਗੇ ਹੋਏ ਆ, ਕੀ ਕਹਿਣਾ ਚਾਹੋਗੇ? ਪੂਰੀ ਦੁਨੀਆ ਜੀ ਲੱਗਿਆ ਜੀ, ਇੰਡੀਆ ਵਿਸ਼ਵ ਗੁਰੂ ਬਣਨ ਦੇ ਅਗਰਸਰ ਹੈ। ਅੱਜ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਰਾਮ ਜੀ ਦੇ ਆਉਣ। ਤੁਸੀਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ? ਸਾਰਿਆਂ ਨੇ ਮਿਲ ਕੇ ਹੀ ਕੀਤਾ ਜੀ, ਆਪਣਾ ਕੀਰਤਨ ਹੋ ਰਿਹਾ।
ਰਾਮ ਜੀ ਦਾ ਰਾਮ ਰਾਜ ਸਾਰੇ ਅੱਜ ਅਸੀਂ ਕਹਿੰਦੇ ਸੁਣਿਆ ਵੀ ਰਾਮ ਰਾਜ ਇੱਕ ਅਲੱਗ ਤਰ੍ਹਾਂ ਤੇ ਆ ਰਿਹਾ, ਕਿਵੇਂ ਇਹਦਾ ਸੰਦੇਸ਼ ਲੋਕਾਂ ਨੂੰ ਹੈਗਾ? ਇੱਕ ਜਿਵੇਂ ਦਾ ਰਾਮ ਰਾਜ ਦਾ ਮਤਲਬ ਹੈ ਜੀ ਸੁੱਖ ਸ਼ਾਂਤੀ ਹੋਵੇ ਹਰ ਪਾਸੇ, ਭਾਈਚਾਰਾ ਹੋਏ, ਤੇ ਰਾਮ ਜੀ ਉਹਦੇ ਹੀ ਉਹਦੇ ਜੈ ਸ਼੍ਰੀ ਰਾਮ ਜੀ। ਬਿਲਕੁਲ ਜੀ, ਅਸੀਂ ਸਾਡੇ ਵੱਲੋਂ ਵੀ, ਪਰ ਜਿਹੜਾ ਜਿਹੜਾ ਵੀ ਸਾਡੇ ਇਸ ਖਬਰ ਨੂੰ ਦੇਖ ਰਿਹਾ, ਉਸ ਆਪਣੇ ਆਪਣੀ ਇਸ ਖਬਰ ਨੂੰ ਸਾਰੇ ਜਣੇ ਲਾਈਕ ਸ਼ੇਅਰ ਜ਼ਰੂਰ ਕਰੋ, ਤਾਂ ਕਿ ਰਾਮ ਦਾ ਨਾਮ ਜਿਹੜਾ ਹੈ ਅੱਗੇ ਤੇ ਅੱਗੇ ਸਾਰੇ ਦੁਨੀਆ ਦੇ ਕੋਲ ਪਹੁੰਚੇ। ਤੇ ਅਸੀਂ ਚਾਹਾਂਗੇ ਸਾਡੇ ਚੈਨਲ ਵੱਲੋਂ ਵੀ, ਆਰ ਟੀ ਵੀ ਵੱਲੋਂ ਵੀ, ਤੇ ਸਾਡੇ ਨਾਲ ਅਨਿਲ ਸ਼ਰਮਾ ਜੀ ਜਿਹੜੇ ਕਿ ਇਸ ਕਲੋਨੀ ਦੇ ਵਿੱਚ ਸਾਡੇ ਚੈਨਲ ਵੱਲੋਂ ਇੱਥੇ ਉਪਰਾਲਾ ਜਿਹੜਾ ਇਹਨਾਂ ਕੀਤਾ ਹੈ। ਜੈ ਸ਼੍ਰੀ ਰਾਮ। ਹੋਰ ਠੀਕ ਹੈ ਜੀ? ਚਲੋ ਜੀ, ਜੈ ਸ਼੍ਰੀ ਰਾਮ ਜੀ, ਅੱਗੇ ਚੱਲਦੇ ਹਾਂ ਜੀ ਹੋਰ ਜਗ੍ਹਾ। ਧੰਨਵਾਦ।